ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਸ ਕਰਮ ਨ ਜਾਣ ਸਾਰ ਨ ਜਾਣੋ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਮ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਲੋਨੀ ਦੇ ਸਮੁੱਚੇ ਪਰਿਵਾਰਾਂ ਵੱਲੋਂ ਇਹ ਉਦਮ ਕੀਤਾ ਗਿਆ, ਉਪਰਾਲਾ ਕੀਤਾ ਗਿਆ ਕਿ ਜਗਤ ਨੂੰ ਤਾਰਨ ਹਾਰੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਨੂੰ ਸਮਰਪਿਤ ਇਹਨਾਂ ਸਮਾਗਮਾਂ ਨੂੰ ਵਿਸ਼ੇਸ਼ ਤੌਰ 'ਤੇ ਉਲੀਕਿਆ ਗਿਆ ਹੈ। ਆਪ ਸੰਤਾਂ ਨੇ ਵੱਖ ਵੱਖ ਰਾਗੀ ਜਥਿਆਂ ਤੋਂ ਗੁਰੂ ਕੀ ਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਔਰ ਭਾਈ ਲਵਜੀਤ ਸਿੰਘ ਜੀ ਭੁਚੰਗੀ ਸਿੰਘਾਂ ਦੇ ਜਥੇ ਤੋਂ ਵੀ ਆਪ ਜੀ ਨੇ ਬਹੁਤ ਸੁੰਦਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤ ਸੰਗਤ ਜੀ, ਇਹ ਕੀਰਤਨ ਦੀ ਦਾਤ ਵੀ ਸਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਕੀਰਤਨ ਦੀ ਬੜੀ ਸੁੰਦਰ ਮਹਿਮਾ ਗੁਰਬਾਣੀ ਵਿੱਚ ਆਈ ਹੈ। ਸਤਿਗੁਰੂ ਫਰਮਾਨ ਕਰਦੇ ਆ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਹੀਰਾ। ਕੀਰਤਨ ਐਸਾ ਨਿਰਮੋਲਕ ਹੀਰਾ ਹੈ ਕਿਉਂਕਿ ਦੁਨੀਆਂ ਦੇ ਅੰਦਰ ਜਿਹੜੇ ਹੀਰੇ ਹੈ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਕੋਈ ਕੀਮਤ ਕੋਈ ਮੁੱਲ ਪੈ ਹੀ ਜਾਂਦਾ ਹੈ। ਦੁਨੀਆਂ ਦੇ ਅੰਦਰ ਐਸੇ ਐਸੇ ਵੀ ਹੀਰੇ ਜਿਹਨਾਂ ਬਾਬਤ ਸੁਣਿਆ ਹੈ ਕਿ ਇਸ ਸੰਸਾਰ ਦੇ ਅੰਦਰ ਕੁਝ ਐਸੇ ਹੀਰੇ ਵੀ ਮੌਜੂਦ ਹਨ ਜਿਨ੍ਹਾਂ ਨਾਲ ਇੱਕ ਦਿਨ ਦੀ ਰੋਟੀ
ਇੱਕ ਦਿਨ ਦਾ ਰਿਜਕ, ਇੱਕ ਦਿਨ ਦਾ ਸਾਰੀ ਦੁਨੀਆਂ ਨੂੰ ਅੰਨ ਦੇ ਕੇ ਖਵਾਇਆ ਜਾ ਸਕਦਾ ਹੈ, ਤਾਂ ਵੀ ਉਹਨਾਂ ਦੀ ਕੀਮਤ ਉਸ ਤੋਂ ਉੱਤੇ ਹੈ। ਭਾਵ ਉਹ ਇੰਨੇ ਕੀਮਤ ਦੇ ਕੀਮਤੀ ਹੀਰੇ ਮੰਨੇ ਜਾਂਦੇ ਹਨ। ਪਰ ਸਤਿਗੁਰੂ ਕਹਿੰਦੇ ਹੈ, ਜਿਹੜਾ ਕੀਰਤਨ ਹੈ ਇਹ ਨਿਰਮੋਲ ਕਹਿ ਦਾ ਕੋਈ ਮੁੱਲ ਨਹੀਂ, ਇਹ ਆਨੰਦ ਨੂੰ ਬਖਸ਼ਣ ਵਾਲਾ ਹੈ, ਗੁਣਾਂ ਦਾ ਇਹ ਸਾਗਰ ਹੈ। ਸਤਸੰਗਤ ਜੀ, ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ 13 ਤੋਂ 14 ਸਾਲ ਲਗਾਤਾਰ ਆਪ ਜੀ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਦੇ ਅੰਦਰ ਹੱਥੀ ਕਿਰਤ ਕਰਦਿਆਂ ਹੋਇਆਂ ਔਰ ਆਪਣੇ ਭੈਣ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਦੇ ਪਾਸ ਰਹੇ ਹਨ, ਔਰ ਉੱਥੇ ਸੱਚੇ ਪਾਤਸ਼ਾਹ ਜੀ ਨੇ 13-13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ ਔਰ ਉਸੇ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਬੇਈ ਨਦੀ ਵਿੱਚ ਚੁੱਭਾ ਮਾਰ ਕੇ 3 ਦਿਨ ਅਲੋਪ ਰਹੇ, ਸੱਚਖੰਡ ਵਿੱਚ ਗਏ ਔਰ ਸੱਚਖੰਡ ਤੋਂ ਮੂਲ ਮੰਤਰ ਲਿਆ ਕੇ ਇਸ ਲੁਕਾਈ ਨੂੰ ਨਾਮ ਦੀ ਦਾਤ ਬਖਸ਼ਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਪ੍ਰਗਟ ਹੋਣਾ ਕੀਤਾ। ਉਸ ਵਕਤ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ, ਰਬਾਬ ਲੈ ਕੇ ਆਓ। ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਰਬਾਬ ਕਿੱਥੋਂ ਲਿਆਈਏ? ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਫਰੰਦਾ ਇੱਕ ਸਿੱਖ ਹੈ, ਉਹ ਗੁਰੂ ਘਰ ਦਾ ਸੇਵਕ ਹੈ, ਉਸ ਪਾਸ ਜਾਓ, ਰਬਾਬ ਲੈ ਕੇ ਆਓ। ਸਤ ਸੰਗਤ ਜੀ, ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਭਾਈ ਮਰਦਾਨਾ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਜਿਹੜੀ ਰਬਾਬ ਹੈ ਉਸ ਦੀ ਕੋਈ ਕੀਮਤ ਵੀ ਦੇਣੀ ਪਵੇਗੀ, ਮੁੱਲ ਵੀ ਤਾਰਨਾ ਪਵੇਗਾ, ਬਿਨਾਂ ਕੀਮਤ ਤੋਂ ਇਹ ਐਸਾ ਕੀਮਤੀ ਸਾਜ ਨਹੀਂ ਪ੍ਰਾਪਤ ਹੋ ਸਕਦਾ। ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ ਕਿ ਬੇਬੇ ਨਾਨਕੀ ਜੀ ਤੋਂ ਜਿੰਨੇ ਦਮੜੇ ਚਾਹੀਦੇ ਤੁਸੀਂ ਲੈ ਲਓ। ਉਦੋਂ ਬੇਬੇ ਨਾਨਕੀ ਜੀ ਨੇ 20 ਰੁਪਏ ਭਾਈ ਮਰਦਾਨਾ ਜੀ ਨੂੰ ਦਿੱਤੇ ਔਰ ਭਾਈ ਮਰਦਾਨਾ ਜੀ ਨਗਰ ਭਰੋ ਆਉਣਾ ਹੈ, ਉਸ ਨਗਰ ਦੇ ਵਿੱਚ ਪਹੁੰਚੇ। ਅੱਗੇ ਭਾਈ ਫਰੰਦਾ ਰਬਾਬ ਉਸ ਸਾਜ ਨੂੰ ਬਣਾਉਣ ਦਾ ਬੜਾ ਪ੍ਰਸਿੱਧ ਕਾਰੀਗਰ ਸੀ ਆਪਣੇ ਸਮੇਂ ਦਾ, ਉਹ ਰਬਾਬ ਹੀ ਬਣਾਉਂਦਾ ਸੀ ਔਰ ਰਬਾਬ ਸਾਜ ਨੂੰ ਤਿਆਰ ਕਰ ਰਿਹਾ ਹੈ। ਭਾਈ ਮਰਦਾਨਾ ਜੀ ਪੁੱਛਣ ਲੱਗੇ, ਹੇ ਭਾਈ ਫਰੰਦਾ, ਮੈਨੂੰ ਰਬਾਬ ਚਾਹੀਦੀ ਹੈ, ਮੈਨੂੰ ਰਬਾਬ ਦਿਓ। ਭਾਈ ਫਰੰਦਾ ਕਹਿਣ ਲੱਗਾ, ਰਬਾਬ ਮੈਂ ਬਣਾਉਂਦਾ ਹਾਂ, ਮੇਰੇ ਪਾਸ ਰਬਾਬ ਦੇਣ ਵਾਸਤੇ ਕੋਈ ਵਾਧੂ ਰਬਾਬ ਨਹੀਂ ਔਰ ਰਬਾਬ ਮੁਫ਼ਤ ਨਹੀਂ ਮੈਂ ਦੇ ਸਕਦਾ, ਇਹ ਬੜਾ
ਮਿਹਨਤ ਨਾਲ ਸਾਜ ਬਣਨ ਵਾਲਾ ਇਹਦੇ ਉੱਤੇ ਘੱਟੋ ਘੱਟ 20 ਰੁਪਏ ਖਰਚ ਆਉਂਦਾ ਹੈ। ਤੇਰੇ ਪਾਸ 20 ਰੁਪਏ ਹਨ? ਭਾਈ ਮਰਦਾਨਾ ਜੀ ਕਹਿਣ ਲੱਗੇ, ਹਾਂ ਮੈਨੂੰ ਸਤਿਗੁਰੂ ਜੀ ਨੇ ਭੇਜਿਆ। ਕਹਿਣ ਲੱਗਾ, ਮੇਰੀਆਂ ਨਿਸ਼ਾਨੀਆਂ, ਮੇਰਾ ਆਤਾ ਪਤਾ। ਕਹਿਣ ਲੱਗੇ, ਜਗਤ ਦੇ ਤਾਰਕ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਤੇਰੇ ਕੋਲ ਹੀ ਭੇਜਿਆ। ਭਾਈ ਮਰਦਾਨਾ ਅਜੇ ਬਚਨੀ ਕਰ ਰਹੇ ਸਨ, ਭਾਈ ਫਰੰਦੇ ਦੇ ਪਾਸ ਉਹਦੇ ਮਕਾਨ ਵਿੱਚ, ਘਰ ਵਿੱਚ ਕਿੱਲੀ ਦੇ ਉੱਤੇ ਵਸਤਰ ਵਿੱਚ ਲਪੇਟੀ ਹੋਈ ਕਰਬਾਬ ਰੱਖੀ ਹੋਈ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਉਹ ਕੀ ਹੈ? ਕਹਿਣ ਲੱਗਾ, ਉਹ ਰਬਾਬ ਹੈ। ਕਹਿਣ ਲੱਗਾ, ਫਿਰ ਮੈਨੂੰ ਦੇ ਦੇ, ਤੇਰੇ ਪਾਸ ਬਣੀ ਹੋਈ ਹੈ। ਕਹਿਣ ਲੱਗਾ, ਸਿੱਖਾ ਇਹ ਰਬਾਬ ਮੈਂ ਦੁਨੀਆਂ ਵਿੱਚ ਕਿਸੇ ਹੋਰ ਨੂੰ ਦੇਣ ਵਾਸਤੇ ਨਹੀਂ ਤਿਆਰ ਕਰਕੇ ਰੱਖੀ, ਇਸ ਰਬਾਬ 'ਤੇ ਮੇਰੀ ਸਾਲਾਂ ਦੀ ਮਿਹਨਤ ਹੋਈ ਹੈ। ਮੈਂ ਜਦੋਂ ਇਹ ਰਬਾਬ ਤਿਆਰ ਕਰਨ ਲੱਗਾ ਸੀ, ਉਦੋਂ ਅਰਦਾਸ ਕੀਤੀ ਸੀ ਕਿ ਮੈਂ ਇਹ ਰਬਾਬ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਭੇਟਾ ਕਰਾਂਗਾ, ਔਰ ਇਹ ਰਬਾਬ ਦੁਨੀਆਂ ਦੀ ਦੌਲਤ ਦੇ ਕੇ ਵੀ ਨਹੀਂ ਲਈ ਜਾ ਸਕਦੀ। ਇੰਨੀ ਕੀਮਤੀ ਰਬਾਬ ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਨਾਲ ਮੈਂ ਤਿਆਰ ਕੀਤੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ ਤੇ ਉਹਨਾਂ ਦੇ ਪਾਸ ਹੀ ਮੈਂ ਰਬਾਬ ਲੈ ਕੇ ਜਾਣੀ ਹੈ ਤੇ ਮੈਂ ਸਤਿਗੁਰਾਂ ਨੂੰ ਹੀ ਲਿਜਾ ਕੇ ਦੇਣੀ ਹੈ। ਕਹਿਣ ਲੱਗਾ, ਮੈਂ ਤੇਰੇ ਹੱਥੀ ਨਹੀਂ, ਮੈਂ ਆਪ ਉਹਨਾਂ ਦੇ ਚਰਨਾਂ ਵਿੱਚ ਲਿਜਾ ਕੇ ਭੇਟਾ ਕਰਾਂਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਫਿਰ ਮੁੱਲ ਕੋਈ ਲੈ ਲਓ, ਜਿੰਨੀ ਕੁ ਤੁਹਾਡੀ ਮਿਹਨਤ ਮਜ਼ਦੂਰੀ ਬਣਦੀ ਹੈ। ਉਸ ਵਕਤ ਸੰਗਤ ਜੀ, ਭਾਈ ਫਰੰਦਾ ਕਹਿਣ ਲੱਗੇ, ਇਹਦੀ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ, ਇਹ ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਹੱਥੀ ਭੇਟਾ ਕਰਨੀ ਹੈ, ਕਿਸੇ ਹੋਰ ਦੇ ਹੱਥੀ ਇਹ ਭੇਟਾ ਨਹੀਂ ਆਪਣੀ ਭੇਜਣੀ। ਭਾਈ ਮਰਦਾਨਾ ਜੀ ਫਿਰ ਭਾਈ ਫਰੰਦਾ ਜੀ ਨੂੰ ਆਪਣੇ ਨਾਲ ਲੈ ਕੇ ਆਏ, ਔਰ ਉਹ ਰਬਾਬ ਪਹਿਲੀ ਵਾਰ ਭਾਈ ਫਰੰਦਾ ਜੀ ਨੇ ਸੁਲਤਾਨਪੁਰ ਸਾਹਿਬ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਭੇਟਾ ਕੀਤੀ, ਔਰ ਉਸ ਵਕਤ ਸਤਿਗੁਰੂ ਜੀ ਨੇ ਭਾਈ ਫਰੰਦੇ ਉੱਤੇ ਇੰਨੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਕਿ ਭਾਈ ਫਰੰਦੇ ਨੂੰ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦਾ ਦਾਨ ਬਖਸ਼ਿਆ। ਸਤਿਗੁਰੂ ਕਹਿਣ ਲੱਗੇ, ਭਾਈ ਫਰੰਦਾ, ਇਹ ਤੇਰੀ ਕੀਤੀ ਹੋਈ ਭੇਟਾ ਇੱਕ ਐਸੀ ਮਹਾਨ ਅਮੋਲਕ ਦਾਤ ਹੈ ਨਾ, ਇਹਦਾ ਤਿੰਨਾਂ ਲੋਕਾਂ ਦੇ ਅੰਦਰ ਜਿੰਨਾ ਵੀ ਧਨ ਹੈ ਉਹ ਵੀ ਇਸ ਰਬਾਬ ਦੇ ਸਾਹਮਣੇ ਤੁੱਛ ਹੈ। ਤਿੰਨਾਂ ਲੋਕਾਂ ਦੀ ਦੌਲਤ ਵੀ ਦੇ ਬਰਾਬਰ ਕੋਈ ਮਾਇਨਾ ਨਹੀਂ ਰੱਖਦੀ, ਤਿੰਨਾਂ ਲੋਕਾਂ ਦੀ ਦੌਲਤ ਵੀ ਇਹਦੇ ਬਰਾਬਰ ਨਹੀਂ ਹੋ ਸਕਦੀ, ਕਿਉਂਕਿ ਇਹ ਐਸੀ ਕੀਮਤੀ ਵਸਤੂ ਹੈ। ਇਸ ਰਬਾਬ ਨੂੰ ਪ੍ਰਾਪਤ ਕਰਕੇ ਅਸੀਂ ਦੁਨੀਆਂ ਦੇ ਲੋਕ ਪ੍ਰਲੋਕ ਦੇ ਦੁੱਖ ਦੂਰ ਕਰਨੇ ਹਨ। ਉਸ ਵਕਤ ਫਿਰ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਉਹ ਰਬਾਬ ਬਖਸ਼ਿਸ਼ ਕੀਤੀ, ਔਰ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ, ਔਰ ਪਹਿਲੀ ਵਾਰ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਭਾਈ ਮਰਦਾਨਾ ਜੀ ਨੇ ਉਹ ਰਬਾਬ ਵਜਾਈ। ਉਹ ਕੀਰਤਨ ਦੀ ਦਾਤ, ਕੀਰਤਨ ਦੀ ਰਹਿਮਤ, ਕੀਰਤਨ ਦੀ ਬਖਸ਼ਿਸ਼,
ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੁਲਤਾਨਪੁਰ ਸਾਹਿਬ ਤੋਂ ਆਪ ਬਖਸ਼ਿਸ਼ ਕੀਤੀ ਔਰ ਸਤਿਗੁਰੂ ਜੀ ਫਿਰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਆਉਂਦਾ ਚੜਿਆ ਸੁਰਦਮ ਧਰਤ ਲੁਕਾਈ ਇਸ ਲੁਕਾਈ ਨੂੰ ਇਸ ਧਰਤੀ ਨੂੰ ਪਵਿੱਤਰ ਕਰਨ ਵਾਸਤੇ ਤਾਰਨ ਵਾਸਤੇ ਇਸ ਲੁਕਾਈ ਦੀ ਸੁਧਾਈ ਕਰਨ ਵਾਸਤੇ ਕਿਉਂਕਿ ਉਸ ਸਮੇਂ ਸਾਧ ਸੰਗਤ ਜੀ ਇਸ ਲੁਕਾਈ ਦੇ ਅੰਦਰ ਇੰਨਾ ਜ਼ਿਆਦਾ ਕੂੜ ਦਾ ਪ੍ਰਚਾਰ ਸੀ ਇੰਨਾ ਜ਼ਿਆਦਾ ਪਖੰਡ ਦਾ ਬੋਲਬਾਲਾ ਸੀ ਇੰਨੇ ਪਾਪ ਹੋ ਰਹੇ ਸਨ ਕਿ ਇਹ ਧਰਤੀ ਜਿਹੜੀ ਸੀ ਪਾਪਾਂ ਕਰਕੇ ਮੈਲੀ ਹੋ ਚੁੱਕੀ ਸੀ। ਸੋਧਣ ਦਾ ਮਤਲਬ ਹੁੰਦਾ ਜਦੋਂ ਕੋਈ ਵਸਤਰ ਮੈਲਾ ਹੋ ਜਾਏ। ਖਾਲਸਾਈ ਬੋਲਿਆਂ ਦੇ ਵਿੱਚ ਉਦੋਂ ਕਿਹਾ ਜਾਂਦਾ ਕਿ ਖਾਲਸਾ ਜੀ ਇਹ ਵਸਤਰ ਨੂੰ ਸੋਧ ਲਿਆਓ, ਧੋ ਲਿਆਓ, ਸਾਫ ਕਰ ਲਿਆਓ। ਜੇ ਕੋਈ ਬਰਤਨ ਜੂਠਾ ਹੋ ਜਾਏ ਖਾਲਸਾਈ ਬੋਲਿਆਂ ਵਿੱਚ ਕਿਹਾ ਜਾਂਦਾ ਇਹਨੂੰ ਸੋਧਾ ਲਾ ਦਿਓ ਚੰਗੀ ਤਰ੍ਹਾਂ, ਇਹ ਸਾਫ ਕਰਕੇ ਪਵਿੱਤਰ ਕਰਕੇ ਲਿਆਓ, ਇਹਦੀ ਜੂਠ ਲਾ ਦਿਓ। ਸੋ ਇਸ ਲੁਕਾਈ ਵਿੱਚ ਕਿੰਨੀ ਕੁ ਮੈਲ ਪੈਦਾ ਹੋ ਚੁੱਕੀ ਸੀ। ਸਤਿਗੁਰੂ ਜੀ ਨੇ ਆਪ ਗੁਰਬਾਣੀ ਵਿੱਚ ਇਸ ਸੰਸਾਰ ਦੀ ਹਾਲਤ ਦਾ ਜ਼ਿਕਰ ਕੀਤਾ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਕੁੰਨੀ ਹੋਈ, ਅੰਧੇਰਾ ਰਾਹੋ ਨ ਕੋਈ, ਵਿੱਚ ਹਉਮੈ ਕਰ ਦੁਖਰੋਈ, ਕਹੁ ਨਾਨਕ ਕਿਨ ਵਿਦਗਤ ਹੋਈ। ਧੰਨ ਗੁਰੂ ਅੰਗਦ ਦੇਵ ਜੀ ਨੂੰ ਗੁਰਸਿੱਖਾਂ ਨੇ ਖਡੂਰ ਸਾਹਿਬ ਪੁੱਛਿਆ ਸੀ ਕਿ ਸਤਿਗੁਰੂ ਜੀ ਮਾਤ ਲੋਕ ਦੀ ਕੈਸੀ ਹਾਲਤ ਸੀ, ਸਤਿਗੁਰੂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ, ਧੰਨ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ। ਤਾਂ ਸਤਿਗੁਰੂ ਜੀ ਨੇ ਇਸ ਸ਼ਬਦ ਦੁਆਰਾ ਉਸ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਸੀ। ਕਲ ਕਾਤੀ ਰਾਜੇ ਕਾ ਸਾਈ, ਕਿ ਕਲਯੁਗ ਦੇ ਜਿਹੜੇ ਰਾਜੇ ਸਨ ਜਿਨ੍ਹਾਂ ਨੇ ਦੁਨੀਆਂ ਨੂੰ ਇਨਸਾਫ ਦੇਣਾ, ਦੁਨੀਆਂ 'ਤੇ ਦਇਆ ਕਰਨੀ, ਤਰਸ ਕਰਨਾ, ਦੁਨੀਆਂ ਦੀ ਰੱਖਿਆ ਕਰਨੀ, ਦੁਨੀਆਂ ਨੂੰ ਦੁੱਖਾਂ ਤੋਂ ਬਚਾਉਣਾ, ਉਹ ਕਲਯੁਗ ਦੇ ਵਿੱਚ ਸਭ ਤੋਂ ਵੱਡੇ ਕਸਾਈ ਬਣ ਚੁੱਕੇ ਸਨ। ਲੁਕਾਈ ਨੂੰ ਮਾਰਦੇ ਸਨ, ਲੁਕਾਈ ਨੂੰ ਲੁੱਟਦੇ ਸਨ। ਇੰਨਾ ਲੋਭ ਪੈਦਾ ਹੋ ਚੁੱਕਾ ਸੀ, ਲੋਭ ਦੀ ਮੈਲ, ਪਾਪਾਂ ਦੀ ਮੈਲ, ਕਿ ਰਾਜੇ ਲੋਕ ਹੀ ਪ੍ਰਜਾ ਨੂੰ ਲੁੱਟਣ ਵਾਲੇ ਸਭ ਤੋਂ ਵੱਡੇ ਲੁਟੇਰੇ ਬਣ ਚੁੱਕੇ ਸਨ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਜਿਹੜਾ ਧਰਮ ਸੀ ਨਾ ਉਹ ਖੰਭ ਲਾ ਕੇ ਉੱਡ ਚੁੱਕਾ ਸੀ। ਇਸ ਧਰਤੀ 'ਤੇ ਧਰਮ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਸੀ। ਸਾਧ ਸੰਗਤ ਜੀ ਧਰਮ ਦੀ ਵਿਆਖਿਆ ਗੁਰਬਾਣੀ ਵਿੱਚ ਬੜੀ ਸੁੰਦਰ ਕੀਤੀ ਹੈ। ਧੌਲ ਧਰਮ ਦਇਆ ਕਾ ਪੋਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਜਿਹੜੀ ਦਇਆ ਹੈ ਨਾ ਇਹ ਧਰਮ ਦੀ ਮਾਂ ਮੰਨੀ ਹੈ। ਜਿੱਥੇ ਦਇਆ ਆਉਂਦੀ ਹੈ, ਤਰਸ ਆਉਂਦਾ, ਦਿਆਲਤਾ ਆਉਂਦੀ ਹੈ, ਉੱਥੇ ਧਰਮ ਦਾ ਜਨਮ ਹੁੰਦਾ। ਲੋਕਾਂ ਦੇ ਮਨ ਇੰਨੇ ਕਠੋਰ ਹੋ ਚੁੱਕੇ ਸਨ, ਸਮੇਂ ਦੇ ਹਾਕਮ ਲੋਕ
ਇੰਨੇ ਪੱਥਰ ਦਿਲ ਹੋ ਚੁੱਕੇ ਸਨ ਕਿ ਦਇਆ ਨਾਮ ਦੀ ਕੋਈ ਚੀਜ਼ ਉਹਨਾਂ ਦੇ ਨੇੜੇ ਵੀ ਨਹੀਂ ਰਹਿ ਗਈ ਸੀ। ਇਸ ਕਰਕੇ ਦਇਆ ਵੀ ਖੰਭ ਲਾ ਕੇ ਉੱਡ ਚੁੱਕੀ ਸੀ ਔਰ ਧਰਮ ਨੇ ਤਾਂ ਕਿੱਥੇ ਰਹਿਣਾ ਸੀ, ਕਿਉਂਕਿ ਧਰਮ ਦੇ ਵਿੱਚ ਜਿਹੜੇ ਵਿਸ਼ੇਸ਼ ਗੁਣ ਵਿਦਵਾਨਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ, ਦਇਆ ਅਹਿੰਸਾ, ਦਇਆ ਅਹਿੰਸਾ ਮਿਰਦੁਲ, ਸਤ ਬਚਨ ਤਪਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾ, ਧਰਮ ਲਿੰਗ ਦਸ ਜਾਣ। ਇਹ ਧਰਮ ਦੀਆਂ 10 ਨਿਸ਼ਾਨੀਆਂ ਹਨ ਕਿ ਦਇਆ ਹੋਣੀ ਮਨ ਦੇ ਵਿੱਚ ਔਰ ਅਹਿੰਸਕ ਜੀਵਨ, ਭਾਵ ਹਿੰਸਾ ਨਾ ਕਰਨੀ, ਜੀਵਾਂ ਨੂੰ ਨਾ ਮਾਰਨਾ, ਜੀਵ ਹੱਤਿਆ ਨਾ ਕਦੇ ਭੁੱਲ ਕੇ ਵੀ ਕਰਨੀ, ਔਰ ਕੋਮਲ ਸੁਭਾਅ ਹੋਣਾ, ਇਸੇ ਤਰ੍ਹਾਂ ਸੀਲ ਸੋਚ, ਸੀਲ ਸੁਭਾਅ ਔਰ ਸੋਚ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਤੋਂ ਰਹਿਤ ਹੋਣਾ। ਇਹ ਧਰਮ ਦੀਆਂ 10 ਨਿਸ਼ਾਨੀਆਂ ਬਹੁਤ ਸੁੰਦਰ ਗ੍ਰੰਥਕਾਰਾਂ ਨੇ ਲਿਖੀਆਂ ਹਨ ਔਰ ਇਹ ਵਸਤੂਆਂ, ਇਹ ਨਿਸ਼ਾਨੀਆਂ, ਇਹ ਚੀਜ਼ਾਂ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀਆਂ ਸਨ। ਦਇਆ ਔਰ ਧਰਮ ਜਿਹੜਾ ਸੀ ਉਹ ਤਾਂ ਖੰਭ ਲਾ ਕੇ ਉੱਡ ਚੁੱਕਾ ਸੀ ਇਸ ਧਰਤੀ ਤੋਂ, ਧਰਮ ਪੰਖ ਕਰ ਉੱਡ ਰਿਹਾ, ਧਰਮ ਜਿਹੜਾ ਸੀ ਉਹ ਖੰਭ ਲਾ ਕੇ ਉੱਡ ਚੁੱਕਾ ਸੀ। ਧਰਮ ਉਹਨਾਂ ਅਸੂਲਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਧਾਰਨ ਕਰਕੇ ਦੁਨੀਆ ਸੁਖੀ ਹੁੰਦੀ ਹੈ, ਲੋਕਾਈ ਸੁਖੀ ਹੁੰਦੀ ਹੈ, ਜੀਵਨ ਸੁਖੀ ਹੁੰਦਾ ਔਰ ਲੋਕ ਪ੍ਰਲੋਕ ਦੇ ਵਿੱਚ ਜਿਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਜੀਵ ਦਾ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ, ਉਸ ਨੂੰ ਧਰਮ ਕਿਹਾ ਜਾਂਦਾ। ਔਰ ਸਤਿਗੁਰੂ ਜੀ ਨੇ, ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਕਿਰਪਾ ਕੀਤੀ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਕਰਨੇ, ਉੱਜਲ ਕਰਮ ਕਰਨੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਾਤ ਲੋਕ ਦੇ ਉੱਤੇ ਕਿਹੜੇ ਕਿਹੜੇ ਨਿਯਮ, ਕਿਹੜਾ ਗੁਰਸਿੱਖੀ ਧਰਮ ਸਾਨੂੰ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਨੇ ਸਾਡੇ ਉੱਤੇ ਕੀ ਪਰਉਪਕਾਰ ਕੀਤਾ, ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਇਹ ਗੁਰਸਿੱਖੀ ਧਰਮ ਸਾਨੂੰ ਬਖਸ਼ਿਆ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ ਔਰ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਕੇ ਨਿਸਬੰਧ ਦੇਣਾ, ਦਾਨ ਦੇਣਾ ਔਰ ਗੁਰਮੁਖ ਦੇ ਅਸੂਲਾਂ ਦੀ ਪਾਲਣਾ ਕਰਨਾ, ਨਿਰਮਲ ਕਰਮ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਾਮ ਜਪਣ, ਨਾਮ ਜਪਣਾ ਔਰ ਪਵਿੱਤਰ ਕਰਮ ਕਰਨੇ, ਪਾਪਾਂ ਤੋਂ ਬਚ ਕੇ ਰਹਿਣਾ, ਔਗੁਣਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ। ਇਸ ਲਈ ਐਸਾ ਮਹਾਨ ਗੁਰਸਿੱਖੀ ਧਰਮ ਸਾਨੂੰ ਬਖਸ਼ਿਆ, ਪਰਮਾਤ ਲੋਕ ਤੋਂ ਜਿਹੜਾ ਧਰਮ ਸੀ ਉਹ ਖੰਭ ਲਾ ਕੇ ਉੱਡ ਚੁੱਕਾ ਸੀ। ਕੂੜ ਅਮਾਵਸ ਸੱਚ ਚੰਦਰਮਾ, ਕੂੜ ਦੀ ਮੱਸਿਆ ਕਾਲੀ ਗੋਲੀ ਰਾਤ, ਅੱਜ ਮੱਸਿਆ ਦਾ ਦਿਹਾੜਾ, ਆਕਾਸ਼ ਵਿੱਚ ਤੁਹਾਨੂੰ ਕਦੇ ਚੰਦਰਮਾ ਨਜ਼ਰ ਨਹੀਂ ਆਉਂਦਾ, ਚਾਰੇ ਪਾਸੇ ਗਾੜਾ ਹਨੇਰਾ ਪਸਰਿਆ ਹੁੰਦਾ, ਉਹ ਝੂਠ ਦੀ ਮਾਨੋ ਕਾਲੀ ਬੌਲੀ ਰੋਆ ਰਾਤ ਜਿਹੜੀ ਸੀ ਨਾ, ਉਹ ਸਮੇਂ ਮਾਤ ਲੋਕ ਦੇ ਉੱਤੇ ਪਈ ਹੋਈ ਸੀ, ਕਿਸੇ ਦੀ ਕੋਈ ਸੁਣਵਾਈ, ਕਿਸੇ ਦੀ ਕੋਈ ਦਾਦ ਫਰਿਆਦ,
ਸੱਚਿਆਂ ਨੂੰ ਵੀ ਝੂਠਾ ਕਰਕੇ ਦੁੱਖ ਅਤੇ ਤਸੀਹੇ ਦਿੱਤੇ ਜਾਂਦੇ ਸਨ ਉਸ ਸਮੇਂ। ਇਸ ਕਰਕੇ ਝੂਠ ਦਾ ਹੀ ਬੋਲਬਾਲਾ ਸੀ, ਝੂਠ ਦੀ ਮੱਸਿਆ ਦੀ ਰਾਤ ਪਈ ਹੋਈ ਸੀ ਔਰ ਸੱਚ ਦਾ ਚੰਦਰਮਾ ਕਿਤੇ ਦਿਖਾਈ ਨਹੀਂ ਜਾਂਦਾ ਸੀ। ਸੱਚ ਬੋਲਣਾ ਤਾਂ ਇੱਕ ਪਾਸੇ, ਸੱਚ ਬੋਲਣ ਵਾਲਿਆਂ ਨੂੰ ਤਾਂ ਲੋਕ ਉਸ ਸਮੇਂ ਬੜੀ ਨਫ਼ਰਤ ਕਰਿਆ ਕਰਦੇ ਸਨ, ਸੱਚ ਬੋਲਣ ਵਾਲਿਆਂ ਨੂੰ ਬੜੇ ਦੁੱਖ ਦਿੱਤੇ ਜਾਂਦੇ ਸਨ, ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਸਮੇਂ ਦੇ ਹਾਕਮ ਕੈਦ ਖਾਨਿਆਂ ਦੇ ਅੰਦਰ ਨਜ਼ਰ ਬੰਦ ਕਰਦੇ ਕਰਦੇ ਸਨ। ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ, ਏਮਨਾਬਾਦ ਤੇ ਹਮਲਾ ਕੀਤਾ ਤਾਂ ਜਿੰਨੇ ਲੋਕ ਸਨ ਨਗਰ ਦੇ ਸ਼ਹਿਰ ਦੇ ਸਭ ਦੇ ਘਰ ਢਾ ਦਿੱਤੇ ਗਏ ਔਰ ਸਭ ਦੇ ਘਰਾਂ ਵਿੱਚੋਂ ਦੌਲਤਾਂ ਲੁੱਟੀਆਂ ਗਈਆਂ ਔਰ ਜਿੰਨੇ ਵੀ ਲੋਕ ਕੋਈ ਅੱਗੇ ਉਸ ਜ਼ੁਲਮ ਦੇ ਖਿਲਾਫ਼ ਦਾਦ ਫਰਿਆਦ ਕਰਨ ਆਏ ਸਾਰਿਆਂ ਨੂੰ ਬੰਦੀ ਖਾਨੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਕਿਸੇ ਦੀ ਕੋਈ ਦਲੀਲ ਅਪੀਲ ਸੁਣਾਈ ਨਹੀਂ ਦਿੱਤੀ, ਨਾ ਹੀ ਸੁਣੀ ਗਈ, ਨਾ ਹੀ ਕਿਸੇ ਦੀ ਦਲੀਲ ਔਰ ਅਪੀਲ ਬਾਬਤ ਕੋਈ ਥੋੜ੍ਹਾ ਰੰਚਕ ਜਿੰਨਾ ਵੀ ਕੋਈ ਤਰਸ ਕਰਕੇ ਕਿਸੇ ਦੀ ਸਹਾਇਤਾ ਵੀ ਨਹੀਂ ਕੀਤੀ ਗਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰ 500 ਸਾਧੂ ਤੁਰੇ ਜਾ ਰਹੇ ਸਨ, ਉਹਨਾਂ ਨੂੰ ਮੁਗਲਾਂ ਨੇ ਜ਼ਾਲਮਾਂ ਨੇ ਪਕੜ ਕੇ ਉਸੇ ਵਕਤ ਬੰਦੀ ਖਾਨੇ ਦੇ ਵਿੱਚ ਕੈਦ ਕਰ ਦਿੱਤਾ। ਭਾਈ ਬਾਲਾ ਮਰਦਾਨਾ ਸਤਿਗੁਰੂ ਜੀ ਦੇ ਨਾਲ ਹਨ, ਰੋੜੀ ਸਾਹਿਬ ਅਸਥਾਨ ਤੇ ਸਤਿਗੁਰੂ ਜੀ ਸਜੇ ਹੈ। ਇੰਨੀ ਵੱਡੀ ਹਾਹਾਕਾਰ ਮੱਚਦੀ ਵੇਖ ਕੇ ਸਤਿਗੁਰੂ ਜੀ ਆਪ ਆਏ ਔਰ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਸਤਿਗੁਰੂ ਜੀ ਨੇ ਪਹਿਲੀ ਵਾਰ ਬਾਬਰ ਨੂੰ ਸਤਿਗੁਰੂ ਜੀ ਨੇ ਏਮਨਾਬਾਦ ਦੀ ਧਰਤੀ ਤੇ ਵੰਗਾਰਿਆ ਔਰ ਰਾਜਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਕਰ ਨਹਿਦਾ ਪਾਏ ਘਾਓ ਰਤ ਪਿਤ ਕੁੱਤੇ ਹੋ ਚੱਟ ਜਾ। ਇਹ ਵਚਨ ਗੁਰੂ ਨਾਨਕ ਸਾਹਿਬ ਕਰ ਸਕਦੇ ਸਨ। ਇਸ ਧਰਤੀ ਤੇ ਜਿਹੜਾ ਕ੍ਰਾਂਤੀ ਨੂੰ ਜਨਮ ਦਿੱਤਾ ਨਾ, ਅੱਜ ਕ੍ਰਾਂਤੀਕਾਰੀ ਦੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ, ਫਲਾਨਾ ਕ੍ਰਾਂਤੀ ਲੈ ਕੇ ਆਇਆ, ਫਲਾਨੇ ਨੇ ਇਸ ਸੰਸਾਰ ਵਿੱਚ ਬੜੀ ਤਬਦੀਲੀ ਪੈਦਾ ਕੀਤੀ। ਸਤਿਸੰਗ ਜੀ, ਗੁਰੂ ਨਾਨਕ ਸਾਹਿਬ ਜੀ ਨਾਲੋਂ ਵੱਡੀ ਕ੍ਰਾਂਤੀ ਇਸ ਧਰਤੀ ਤੇ ਹੋਰ ਨਹੀਂ ਕੋਈ ਲੈ ਕੇ ਆਇਆ। ਐਡੇ ਵੱਡੇ ਜ਼ਾਲਮ ਬਾਬਰ ਨੂੰ ਵੰਗਾਰ ਦੇਣਾ ਔਰ ਉਹਦੇ ਜ਼ਾਲਮਾਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਕੁੱਤੇ ਕਹਿ ਕੇ ਸਤਿਗੁਰੂ ਜੀ ਨੇ ਨਿਰਭੈਤਾ ਦੇ ਬਚਨ ਕਹਿਣੇ ਕਿ ਤੁਸੀਂ ਇਸ ਗਰੀਬ ਨਿਮਾਣੀ ਔਰ ਮਜ਼ਲੂਮ ਪਰਜਾ ਤੇ ਅਤਿਆਚਾਰ ਕਰ ਰਹੇ ਹੋ, ਕੁੱਤਿਆਂ ਦੀ ਤਰ੍ਹਾਂ ਦੁਨੀਆਂ ਦੇ ਲੋਕਾਈ ਦੇ ਤੁਸੀਂ ਮਗਰ ਪੈ ਗਏ ਹੋ, ਲੋਕਾਂ ਦਾ ਧਨ ਲੋਕਾਂ ਦੀਆਂ ਇੱਜ਼ਤਾਂ ਲੁੱਟ ਰਹੇ ਹੋ, ਲੋਕਾਂ ਦੀ ਰੱਤ ਪੀ ਰਹੇ ਹੋ, ਦੇਖਣ ਨੂੰ ਤੁਸੀਂ ਮਨੁੱਖ ਨਜ਼ਰ ਆਉਂਦੇ ਹੋ ਪਰ ਕੁੱਤਿਆਂ ਨਾਲੋਂ ਵੀ ਤੁਹਾਡੇ ਕਰਮ ਮਾੜੇ ਆ। ਇਹ ਪਹਿਲੀ ਵਾਰ ਇਮਨਾਬਾਦ ਦੀ ਧਰਤੀ ਤੇ ਸਤਿਗੁਰੂ ਜੀ ਨੇ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਈ। ਫਿਰ ਐਡੀ ਵੱਡੀ ਕਿ ਉਸ ਬਾਬਰ ਦੀ ਕੈਦ ਦੇ ਵਿੱਚ ਸਤਿਗੁਰੂ ਜੀ ਨੇ ਆਪ ਆਪਣੇ ਆਪ ਨੂੰ ਨਜ਼ਰਬੰਦ ਕਰਾ ਲਿਆ। ਕਿਉਂ? ਹੱਕ ਸੱਚ ਦੀ ਆਵਾਜ਼ ਜ਼ੁਲਮ ਦੇ ਖਿਲਾਫ ਸਮੇਂ ਦੇ ਹਾਕਮ ਕਦੇ ਸੁਣਨਾ ਹੀ ਨਹੀਂ ਚਾਹੁੰਦੇ ਸਨ। ਸਤਿਗੁਰੂ ਜੀ ਨੂੰ ਬੰਦੀ ਖਾਨੇ ਵਿੱਚ ਕੈਦ ਕਰ ਦਿੱਤਾ ਗਿਆ ਔਰ ਉੱਥੇ ਸਤਿਗੁਰੂ ਜੀ ਨੇ ਫਿਰ
ਗੁਰੂ ਕੀ ਮਹਾਨ ਆਪਣੇ ਦਰ ਦੀ ਕਰਾਮਾਤ ਵਿਖਾਈ। ਸਤ ਸੰਗ ਜੀ ਜਿੰਨੇ ਸਾਧੂ ਕੈਦ ਕੀਤੇ ਹੋਏ ਸਨ, ਲੋਕ ਕੈਦ ਕੀਤੇ ਹੋਏ ਸਨ, ਉਹਨਾਂ ਨੂੰ ਕੀ ਹੁਕਮ ਸੀ? ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਸਵਾ ਸਵਾ ਮਾਣ ਉਹਨਾਂ ਕੋਲ ਦਾਣੇ ਪਸਾਉਂਦੇ ਸਨ ਚੱਕੀਆਂ ਵਿੱਚ। ਜੇ ਕੋਈ ਪਾਣੀ ਮੰਗਦਾ ਉਹਦੇ ਕੋਰੜੇ ਮਾਰੇ ਜਾਂਦੇ, ਜੇ ਕੋਈ ਭੁੱਖਾ ਅੰਨ ਦਾ ਟੁਕੜਾ ਮੰਗਦਾ ਉਸ ਉੱਤੇ ਇਤਨੇ ਕੋਰੜੇ ਮਾਰ ਦਿੱਤੇ ਜਾਂਦੇ, ਇਤਨਾ ਅਤਿਆਚਾਰ ਕੀਤਾ ਜਾਂਦਾ। ਬਾਬਰ ਜ਼ਾਲਮ ਬਾਬਰ ਹਾਕਮ ਦੇ ਕਰਿੰਦਿਆਂ ਵੱਲੋਂ, ਜ਼ਾਲਮਾਂ ਵੱਲੋਂ ਨਿਰਦੋਸ਼ਾਂ ਦੇ ਉੱਤੇ ਕਿ ਉਹਨਾਂ ਦੀ ਚਮੜੀ ਉਧੇੜ ਕੇ ਉਹਨਾਂ ਨੂੰ ਬੇਹੋਸ਼ ਬੇਸੁਰਤ ਕੀਤਾ ਜਾਂਦਾ ਔਰ ਉਹਨਾਂ ਦੇ ਸਰੀਰ ਤੇ ਖੂਨ ਹੀ ਖੂਨ ਵਗਦਾ। ਇੰਨਾ ਵੱਡਾ ਜ਼ੁਲਮ ਅਤਿਆਚਾਰ ਹੁੰਦਾ। ਸਤਿਗੁਰੂ ਜੀ ਦੇ ਅੱਗੇ ਵੀ ਚੱਕੀ ਲਿਆਂਦੀ ਗਈ, ਅਨਾਜ ਰੱਖ ਦਿੱਤਾ ਗਿਆ। ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ, ਬੰਦੀ ਖਾਨੇ ਦੇ ਵਿੱਚ ਆਪਣੇ ਆਪ ਹੀ ਚੱਕੀ ਚੱਲੀ ਬਿਨਾਂ ਗੇੜਨ ਤੋਂ। ਜਦੋਂ ਇਹ ਕਰਾਮਾਤ ਬਾਬਰ ਦੇ ਜ਼ਾਲਮਾਂ ਦੇ ਉਸ ਹਾਕਮ ਦੇ ਕਰਿੰਦਿਆਂ ਨੇ ਵੇਖੀ, ਬਾਬਰ ਨੂੰ ਜਾ ਕੇ ਦੱਸਿਆ ਕਿ ਕੋਈ ਸੱਚਾ ਫਕੀਰ, ਰੱਬ ਦਾ ਕਾਮਲ ਫਕੀਰ ਆਪਣੀ ਕੈਦ ਵਿੱਚ ਆ ਗਿਆ। ਉਸਨੇ ਇੱਕ ਐਸਾ ਮੌਜੂਦਾ ਦਿਖਾਇਆ, ਮੌਜੂਦਾ ਦਾ ਅਰਥ ਹੁੰਦਾ ਕਰਾਮਾਤ ਸ਼ਕਤੀ, ਕਿ ਦੂਜਿਆਂ ਦੀਆਂ ਚੱਕੀਆਂ ਉਹ ਆਪਣੇ ਹੱਥਾਂ ਨਾਲ ਪੀਸਦੇ, ਉਹਦੀ ਚੱਕੀ ਆਪਣੇ ਆਪ ਹੀ ਚੱਲਦੀ ਹੈ। ਸਤਿਗੁਰੂ ਕੋਲੇ ਬਾਬਰ ਆਇਆ, ਸਤਿਗੁਰੂ ਜੀ ਦੀ ਇਸ ਮਹਾਨ ਕਰਾਮਾਤ ਨੂੰ ਸ਼ਕਤੀ ਨੂੰ ਵੇਖ ਕੇ ਮੱਥਾ ਟੇਕਿਆ, ਸਿਜਦਾ ਕੀਤਾ, ਕਹਿਣ ਲੱਗਾ ਮੈਨੂੰ ਤੁਸੀਂ ਕਾਮਲ ਫਕੀਰ ਜਾਪਦੇ ਹੋ, ਤੁਹਾਡੇ ਕੋਲੇ ਖੁਦ ਖੁਦਾਈ ਬਰਕਤਾਂ ਮੈਨੂੰ ਨਜ਼ਰ ਆਈਆਂ, ਮੇਰੇ ਤੋਂ ਵਗਿਆ ਹੋਇਆ। ਮਹਾਰਾਜ ਕਹਿਣ ਲੱਗੇ, ਬਾਬਰ ਤੂੰ ਜਾਬਰ ਹੈ, ਜ਼ੁਲਮ ਕਰਨ ਵਾਲਾ ਜ਼ਾਲਮ ਹੈ, ਤੂੰ ਇੱਕ ਵਗਿਆ ਨਹੀਂ, ਤੂੰ ਬਹੁਤ ਵੱਡੀ ਵਗਿਆ ਕੀਤੀ ਹੈ। ਆ ਨਿਮਾਣੀ ਪਰਜਾ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਿੰਨਾ ਧਨ ਸੀ ਤੇਰੇ ਸਾਰੀ ਫੌਜ ਨੇ ਲੁੱਟ ਲਿਆ, ਲੋਕਾਂ ਦੇ ਘਰ ਢਾਹ ਦਿੱਤੇ, ਕਿੰਨੇ ਬੇਦੋਸ਼ੇ ਨਿਰਦੋਸ਼ ਲੋਕ ਮੌਤ ਦੇ ਘਾਟ ਉਤਾਰ ਦਿੱਤੇ, ਕਿੰਨਿਆਂ ਨੂੰ ਬੰਦੀ ਖਾਨੇ ਵਿੱਚ ਕੈਦ ਕਰ ਦਿੱਤਾ। ਇਸ ਤੋਂ ਵੱਡਾ ਜ਼ੁਲਮ, ਇਸ ਤੋਂ ਵੱਡੀ ਇੰਤਹਾ ਕੀ ਹੋ ਸਕਦੀ ਹੈ? ਬਾਬਰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਹਿੰਦੁਸਤਾਨ ਦੀ ਹਕੂਮਤ ਚਾਹੁੰਦਾ, ਬਾਦਸ਼ਾਹ ਚਾਹੁੰਦਾ, ਫਕੀਰਾਂ ਕੋਲੋਂ ਜੋ ਮੰਗ ਲਈਏ, ਦਰਵੇਸ਼ਾਂ ਕੋਲੋਂ ਜੋ ਮੰਗ ਲਈਏ ਉਹ ਮਿਲ ਜਾਂਦਾ, ਦਰਵੇਸ਼ਾਂ ਦੀ ਖੁਦਾ ਦੇ ਦਰ ਤੇ ਸੁਣਵਾਈ ਹੈ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਨੇ, ਖੁਦਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਚਾਹੁੰਦਾ, ਜਿਨ੍ਹਾਂ ਗਰੀਬਾਂ ਤੋਂ ਧਨ ਲੁੱਟਿਆ ਉਹਨਾਂ ਦਾ ਧਨ ਵਾਪਸ ਕਰ, ਜਿਨ੍ਹਾਂ ਦੇ ਘਰ ਢਾਏ ਉਹਨਾਂ ਦੇ ਘਰ ਬਣਾ ਕੇ ਦੇ, ਜਿਨ੍ਹਾਂ ਦੇ ਬੰਦੇ ਮਾਰੇ ਆ ਉਸ ਦੇ ਵਿਜਾਨੇ ਵਿੱਚ ਉਹਨਾਂ ਲੋਕਾਂ ਨੂੰ ਧਨ ਦੇ, ਔਰ ਜਿੰਨੇ ਲੋਕ ਤੋਂ ਆਪਣੀ ਕੈਦ ਖਾਨੇ ਵਿੱਚ ਨਜ਼ਰ ਬੰਦ ਕੀਤੇ ਸਾਰਿਆਂ ਨੂੰ ਰਿਹਾ ਕਰ। ਜੇ ਤੂੰ ਇਹ ਨਹੀਂ ਕਰੇਗਾ ਖੁਦਾ ਦੇ ਕਹਿਰ ਤੋਂ ਤੂੰ ਬਚ ਨਹੀਂ ਸਕੇਗਾ, ਰੱਬ ਦਾ ਵਾਹਿਗੁਰੂ ਦਾ ਤੇਰੇ ਉੱਤੇ ਇੱਕ ਐਸਾ ਕਹਿਰ ਵਰਤੇਗਾ ਕਿ ਤੇਰੇ ਸੁਪਨੇ ਸੁਪਨੇ ਰਹਿ ਜਾਣਗੇ, ਤੂੰ ਆਪਣੇ ਸੁਪਨਿਆਂ ਦੀ ਪੂਰਤੀ ਨਹੀਂ ਕਰ ਪਾਏਗਾ। ਬਾਬਰ ਡਰਿਆ, ਭੈਭੀਤ ਹੋਇਆ, ਕਿੱਡਾ ਵੱਡਾ ਜ਼ਾਲਮ ਹਾਕਮ, ਪਰ ਸਤਿਗੁਰੂ ਜੀ ਦੇ ਨਿਰਭੈਤਾ ਦੇ ਵਚਨ ਸੁਣ ਕੇ ਥਰ ਥਰ ਕੰਬਿਆ। ਉਸੇ ਵਕਤ ਜੋ ਜੋ ਸਤਿਗੁਰੂ ਜੀ ਨੇ ਵਚਨ ਕੀਤੇ
ਉਹਨਾਂ ਨੂੰ ਅਮਲ ਵਿੱਚ ਲਿਆਂਦਾ। ਸਾਰੇ ਸਾਧੂ ਵਿਹਾਰ ਕੀਤੇ, ਸਾਰੀ ਪ੍ਰਜਾ ਨੂੰ ਧਨ ਦਿੱਤਾ ਔਰ ਪ੍ਰਜਾ ਨੂੰ ਜੋ ਜੋ ਅਤਿਆਚਾਰ ਕਰਕੇ ਦੁੱਖ ਦਿੱਤੇ ਸਨ ਉਹਨਾਂ ਅਤਿਆਚਾਰਾਂ ਦੇ ਬਦਲੇ ਲੋਕਾਂ ਦੀ ਸੇਵਾ ਕੀਤੀ। ਮਹਾਰਾਜ ਕਹਿਣ ਲੱਗੇ, ਬਾਬਰ ਜੇ ਇਨਸਾਫ ਕਰੇਗਾ, ਦਇਆ ਰੱਖੇਗਾ, ਖੁਦਾ ਦੀ ਬੰਦਗੀ ਕਰੇਗਾ ਨਾ, ਫਿਰ ਤੇਰਾ ਮਨੋਰਥ, ਤੇਰਾ ਖੁਆਬ, ਜਿਹੜਾ ਸੁਪਨਾ ਤੂੰ ਦੇਖਿਆ ਨਾ ਹਿੰਦੁਸਤਾਨ ਦੀ ਬਾਦਸ਼ਾਹ ਦਾ, ਉਹ ਤੇਰਾ ਪੂਰਾ ਹੋ ਜਾਏਗਾ। ਜਿਹੜਾ ਰਾਜਾ ਰੱਬ ਦੀ ਬੰਦਗੀ ਕਰਦਾ, ਇਨਸਾਫ ਕਰਦਾ, ਦਇਆ ਰੱਖਦਾ ਔਰ ਖੁਦਾ ਦੇ ਭੈ ਵਿੱਚ ਰਹਿੰਦਾ, ਉਹਨੂੰ ਇੱਕ ਧਰਤੀ ਦਾ ਜਾਂ ਇੱਕ ਦੇਸ਼ ਦਾ ਰਾਜ ਕੀ, ਉਹ ਕੁੱਲ ਦੁਨੀਆ ਦਾ ਰਾਜਾ ਬਣ ਸਕਦਾ, ਕੁੱਲ ਦੁਨੀਆ ਦਾ ਰਾਜ ਉਹਦੇ ਕਦਮਾਂ ਵਿੱਚ ਆ ਕੇ ਡਿੱਗਦਾ। ਸਤਿਗੁਰੂ ਜੀ ਨੇ ਨਾਲ ਹੀ ਵਚਨ ਕੀਤਾ ਕਿ ਬਾਬਰ ਤੂੰ ਸਾਡੇ ਗੁਰੂ ਘਰ ਦੀ ਸ਼ਰਨ ਵਿੱਚ ਆਉਣ ਲੱਗਿਆ ਪੀੜ੍ਹੀ ਦਰ ਪੀੜ੍ਹੀ ਰਾਜ ਦੀ ਮੰਗ ਕੀਤੀ ਹੈ। ਇਹ ਸ਼ਬਦ ਵੀ ਉੱਥੇ ਉਚਾਰਿਆ ਸੀ ਨਾ, ਭਾਉ ਤੇਰਾ ਭਾਂ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਪੀਤ। ਤਲੰਗ ਰਾਗ ਵਿੱਚ ਭੰਗ ਦੀਆਂ ਮੁੱਠਾਂ ਭੇਟਾਂ ਕੀਤੀਆਂ ਸਨ ਨਾ ਬਾਬਰ ਨੇ, ਸੱਤ ਮੁੱਠਾਂ ਭੇਟਾਂ ਕੀਤੀਆਂ ਚਮੜੇ ਦੇ ਝੋਲੇ ਵਿੱਚੋਂ, ਕਿ ਇਹ ਭੰਗੜ ਫਕੀਰ ਲੱਗਦੇ ਆ, ਭੰਗ ਪੀ ਕੇ ਸਮਾਧੀ ਲਾਉਂਦੇ ਹੋ। ਮਹਾਰਾਜ ਕਹਿਣ ਲੱਗੇ, ਅਸੀਂ ਭੰਗ ਪੀਣ ਵਾਲੇ ਜਾਂ ਖਾਣ ਵਾਲੇ ਫਕੀਰ ਨਹੀਂ, ਪਰਮੇਸ਼ੁਰ ਦਾ ਭਾਉ ਹੀ ਸਾਡੇ ਮਨ ਵਿੱਚ ਜਿਹੜਾ ਹੈ, ਇਹੀ ਸਭ ਤੋਂ ਵੱਡੀ ਭੰਗ ਹੈ, ਇਹੀ ਸਭ ਤੋਂ ਵੱਡਾ ਨਸ਼ਾ, ਪ੍ਰੇਮ ਦਾ ਭੈ ਦਾ ਨਸ਼ਾ ਹੀ ਸਾਨੂੰ ਚੜਿਆ ਹੋਇਆ। ਪਰ ਤੂੰ ਗੁਰੂ ਘਰ ਦੇ ਵਿੱਚ ਇਹ ਭੇਟਾ ਲੈ ਕੇ ਆਇਆ, ਸੱਤ ਪੁਸਤਾਂ ਦਾ ਤੈਨੂੰ ਰਾਜ ਦਿੰਦੇ ਹੈ, ਪਰ ਜੇ ਜ਼ੁਲਮ ਤੇ ਅਤਿਆਚਾਰ ਕਰੇਗਾ ਨਾ, ਫਿਰ ਸਿਰ ਦੇ ਕੇ ਆਪਣਾ ਵਚਨ ਵਾਪਸ ਲਵਾਂ, ਤੇਰੇ ਵਚਨ ਪੂਰਾ ਨਹੀਂ ਕਰਾਂਗੇ, ਸਿਰ ਦਿਆਂਗੇ ਦੇ ਬਦਲੇ। ਫਿਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਸੀ ਸ਼ਹਾਦਤ ਦੇ ਕੇ ਦਿੱਤਾ, ਔਰ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਦਿੱਤਾ, ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇ ਕਰਕੇ ਆਪਣੇ ਸੀਸ ਦਿੱਤੇ, ਤਾਂ ਉਸ ਮੁਗਲੀਆ ਰਾਜ ਦੇ ਜ਼ੁਲਮ ਦੀ ਰਾਜ, ਉਸ ਮੁਗਲੀਆ ਜ਼ੁਲਮੀ ਰਾਜ ਦੀ ਜੜ ਪੁੱਟੀ ਸਤਿਗੁਰਾਂ ਨੇ। ਸੋ ਸਾਹਿਬ ਸੰਗਤ ਜੀ ਰਹੋ ਵਿਚਾਰ, ਕਹਿਣ ਤੋਂ ਬਾਅਦ ਮੇਰੇ ਸਤਿਗੁਰੂ ਨੇ ਇਮਨਾਬਾਦ ਦੀ ਧਰਤੀ ਤੇ ਵੀ ਸਭ ਤੋਂ ਪਹਿਲਾਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਔਰ ਸਭ ਤੋਂ ਵੱਡੀ ਕ੍ਰਾਂਤੀ ਇਸ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਵਿੱਚ ਪੈਦਾ ਕੀਤੀ, ਲੋਕਾਂ ਨੂੰ ਜਗਾਇਆ, ਲੋਕਾਂ ਨੂੰ ਆਪਣੇ ਹੱਕਾਂ ਲਈ ਸੁਚੇਤ ਕੀਤਾ ਔਰ ਸਮੇਂ ਦੇ ਹਾਕਮਾਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਸਮੇਂ ਦੇ ਹਾਕਮਾਂ ਦਾ ਜਿਹੜਾ ਉਦੋਂ ਹੁਕਮ ਹੁੰਦਾ ਸੀ ਨਾ, ਉਸ ਬਾਬਤ ਦੁਨੀਆਂ ਵਿੱਚ ਇੱਕ ਪ੍ਰਭਾਵ ਪੈਦਾ ਕੀਤਾ ਜਾਂਦਾ ਸੀ ਕਿ ਸਮੇਂ ਦਾ ਹਾਕਮ, ਸਮੇਂ ਦਾ ਰਾਜਾ, ਸਮੇਂ ਦਾ ਜੋ ਵਜ਼ੀਰ ਹੈ, ਉਸ ਦਾ ਹੁਕਮ ਰੱਬੀ ਹੁਕਮ ਹੈ, ਉਹ ਸਾਰੀ ਪ੍ਰਜਾ ਨੂੰ ਮੰਨਣਾ ਪੈਂਦਾ ਸੀ, ਭਾਵੇਂ ਉਹ ਜਾਇਜ਼ ਹੈ ਭਾਵੇਂ ਨਜਾਇਜ਼ ਹੈ। ਪਰ ਸਤਿਗੁਰੂ ਜੀ ਨੇ ਇਹ ਕ੍ਰਾਂਤੀ ਇਸ ਸੰਸਾਰ ਵਿੱਚ ਪੈਦਾ ਕੀਤੀ ਕਿ ਸਹੀ ਗੱਲ ਨੂੰ ਮੰਨਿਆ ਜਾਏਗਾ ਔਰ ਜਿਹੜੀ ਗਲਤ ਗੱਲ ਹੈ ਉਸ ਦਾ ਡਟ ਕੇ ਵਿਰੋਧ ਕੀਤਾ ਜਾਏਗਾ। ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਏਮਨਾਬਾਦ ਦੀ ਧਰਤੀ ਤੇ
ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ ਜ਼ਾਲਮਾਂ ਨੂੰ ਵੰਗਾ ਰਹੇ। ਔਰ ਸਾਧ ਸੰਗਤ ਜੀ, ਸੱਚ ਦਾ ਚੰਦਰਮਾ ਚੜਾ ਕੇ ਵਿਖਾਇਆ ਦੁਨੀਆ ਨੂੰ, ਕੂੜਾ ਮਾਪ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਹੁਣ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨਾ ਹੋਈ। ਦੁਨੀਆ ਰਾਹ ਭਾਲਦੀ ਸੀ, ਲੋਕਾਂ ਨੂੰ ਕੋਈ ਮਾਰਗ ਦਿਖਾਈ ਨਹੀਂ ਦਿੰਦਾ ਸੀ ਆਪਣੀ ਆਜ਼ਾਦੀ ਦਾ, ਔਰ ਦੁਨੀਆ ਵਿਆਕਲ ਹੋਈ ਪਈ ਸੀ, ਲੋਕ ਕੰਧਾਂ ਵਿੱਚ ਟੱਕਰਾਂ ਮਾਰਦੇ ਸਨ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੁਨੀਆ ਨੂੰ ਲੁਪਾਈ ਨੂੰ ਰਾਹ ਦਿਖਾਇਆ, ਨਾਮ ਦਾ, ਭਗਤੀ ਦਾ, ਗੁਰਸਿੱਖੀ ਦਾ, ਪਰਮੇਸ਼ਰ ਦਾ, ਸੱਚ ਦਾ, ਆਪਣੇ ਹੱਕਾਂ ਲਈ ਤਿਆਰ ਬਰ ਤਿਆਰ ਰਹਿਣਾ, ਇਹ ਸਾਰੀਆਂ ਮਹਾਨ ਰਹਿਮਤਾਂ ਗੁਰੂ ਸਾਹਿਬ ਨੇ ਆਪ ਇਸ ਧਰਤੀ ਦੇ ਉੱਤੇ ਆ ਕੇ ਕੀਤੀਆਂ। ਕੌ ਨਾਨਕ ਕਿਨ ਵਿਦਗਤ ਹੋਈ, ਗੁਰੂ ਅੰਗਦ ਦੇਵ ਜੀ ਪ੍ਰਮਾਣ ਕਰਦੇ ਹੈ, ਇਹ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਬਿਨਾਂ ਇਸ ਸੰਸਾਰ ਦਾ ਕੋਈ ਕਲਿਆਣ ਨਹੀਂ ਹੋਣਾ ਸੀ। ਕਲਿਆਣ ਦਾ ਅਰਥ ਹੁੰਦਾ ਸੁਖੀ, ਇਸ ਲੁਕਾਈ ਨੂੰ ਕੋਈ ਸੁੱਖ ਦੇਣ ਵਾਲਾ ਨਜ਼ਰ ਨਹੀਂ ਆਉਂਦਾ ਸੀ, ਇਸ ਲੁਕਾਈ ਨੂੰ ਬੰਧਨਾਂ ਚੋਂ ਆਜ਼ਾਦੀ ਦਵਾਉਣ ਵਾਲਾ ਕੋਈ ਹੋਰ ਨਹੀਂ ਸੀ। ਇਹ ਸੱਚੇ ਪਾਤਸ਼ਾਹ ਤੁਸੀਂ ਆਏ, ਦੁਨੀਆਂ ਨੂੰ ਤੁਸੀਂ ਗੁਲਾਮੀ ਵਿੱਚੋਂ ਨਜਾਤ ਦਵਾਈ, ਦੁਨੀਆਂ ਦੀ ਕਲਿਆਣ ਕੀਤੀ, ਧਰਤੀ ਨੂੰ ਸਹਾਰਾ ਦਿੱਤਾ। ਔਰ ਸਾਧ ਸੰਗਤ ਜੀ, ਇਹ ਮੇਰੇ ਸਤਿਗੁਰੂ ਜੀ ਨੇ ਐਸੀ ਕੀਰਤਨ ਦੀ ਦਾਤ, ਉਹ ਕੀਰਤਨ, ਕੀਰਤਨ ਤੋਂ ਭਾਵ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਕਹੀਰਾ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਿੱਥੇ ਵੀ ਗਏ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਔਰ ਸਤਿਗੁਰੂ ਜੀ ਬਾਣੀ ਦਾ ਕੀਰਤਨ ਕਰਦੇ, ਭਾਈ ਬਾਲਾ ਜੀ ਸਤਿਗੁਰੂ ਜੀ ਦੇ ਨਾਲ ਸੇਵਾ ਕਰਦੇ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਨੇ ਉਹ ਕੀਰਤਨ ਦਿੱਤਾ ਸਾਨੂੰ ਜਿਹੜਾ ਸਾਡੇ ਦੁੱਖ ਵੀ, ਸੰਸਾਰ ਦੇ ਦੁੱਖ ਵੀ ਔਰ ਪ੍ਰਲੋਕ ਦੇ ਦੁੱਖ ਵੀ। ਜਦੋਂ ਦੀਪਾਲਪੁਰ ਦੀ ਧਰਤੀ ਵਿੱਚ ਗਏ ਨਾ ਸਤਿਗੁਰੂ ਮਹਾਰਾਜ ਜੀ, ਪਾਕਿਸਤਾਨ ਵਿੱਚ ਨਗਰ ਰਹਿ ਗਿਆ, ਉਸ ਦੀਪਾਲਪੁਰ ਨਗਰ ਦੇ ਵਿੱਚ ਸਤਿਗੁਰੂ ਜਿਹੜਾ ਮਿੰਟ ਘੁੰਮ ਰਹੀ ਹੈ ਪਾਕਿਸਤਾਨ ਵਿੱਚ, ਸਤਿਗੁਰੂ ਜੀ ਨੇ ਰਾਤ ਕੱਟਣ ਵਾਸਤੇ ਲੋਕਾਂ ਨੂੰ ਪੁੱਛਿਆ, ਭਾਈ ਅਸੀਂ ਰਾਤ ਕੱਟ ਸਕਦੇ ਹਾਂ ਤੁਹਾਡੇ ਨਗਰ ਵਿੱਚ? ਮਸ਼ਕਰੇ ਲੋਕ ਜਿਨ੍ਹਾਂ ਨੂੰ ਰੱਬ ਭੁੱਲਿਆ ਹੁੰਦਾ, ਜਿਨ੍ਹਾਂ ਦੇ ਮਨ ਵਿੱਚ ਕੋਈ ਰੱਬ ਦਾ ਭੈ ਨਹੀਂ ਹੁੰਦਾ, ਉਹਨਾਂ ਲੋਕਾਂ ਨੇ ਮਖੌਲ ਕੀਤਾ, ਕਹਿਣ ਲੱਗੇ ਬਾਹਰ ਇੱਕ ਫਕੀਰ ਦਾ ਝੌਂਪੜਾ, ਉੱਥੇ ਬੜਾ ਸੁੰਦਰ ਇੰਤਜ਼ਾਮ ਹੈ, ਉੱਥੇ ਜਾ ਕੇ ਰਾਤ ਕੱਟ ਲਓ। ਮਹਾਰਾਜ ਮੁਸਕਰਾਏ ਕਿਉਂਕਿ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਮਖੌਲ ਨਾਲ ਇਹ ਗੱਲ ਆਖੀ ਸੀ, ਪਰ ਜਾਣਦੇ ਸਨ ਸਤਿਗੁਰੂ ਜੀ ਕਿ ਮੰਦ ਬੁੱਧੀ ਵਾਲੇ ਮਨਮੁਖ ਲੋਕ ਹਨ, ਇਹਨਾਂ ਨੂੰ ਸੰਗਤ ਦੇ ਸਤਿਕਾਰ ਦਾ ਗਿਆਨ ਨਹੀਂ, ਜੇ ਹੈ ਵੀ ਹੈ ਤਾਂ ਵੀ ਇਹਨਾਂ ਦੇ ਮਨ ਵਿੱਚ ਕੋਈ ਭੈ ਤੇ ਸਤਿਕਾਰ ਨਹੀਂ। ਸਤਿਗੁਰੂ ਜੀ ਚੱਲ ਪਏ ਅੱਗੋਂ, ਹਾਏ ਹਾਏ ਦੀ ਆਵਾਜ਼ ਆ ਰਹੀ ਹੈ। ਉਸ ਝੌਂਪੜੀ ਦੇ ਅੱਗੇ ਜਦੋਂ ਸਤਿਗੁਰੂ ਜੀ ਜਾ ਕੇ ਖੜੇ ਹੋਏ, ਥੋੜੀ ਅਜੇ ਦਿਨ ਦੀ ਲੋ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਦੇ ਆ, ਉਹ ਬੰਦਾ ਕੌਣ ਹੈ, ਝੌਂਪੜੇ ਦੇ ਅੰਦਰ ਕੌਣ ਬੈਠਾ? ਇੱਕ ਕੋੜੀ ਫਕੀਰ ਹੈ, ਸਾਰੇ ਸਰੀਰ ਨੂੰ ਕੋੜ ਨੇ ਜਕੜਿਆ ਹੋਇਆ ਔਰ ਪੀੜਾ ਇੰਨੀਆਂ ਪੈਂਦੀਆਂ, ਇੱਕ ਪਲ ਲਈ ਵੀ ਸ਼ਾਂਤੀ ਨਹੀਂ ਆਉਂਦੀ, ਪਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਸ ਦੀਆਂ ਪੀੜਾਂ ਬੰਦ ਹੋ ਗਈਆਂ, ਮਨ ਸ਼ਾਂਤ ਹੋ ਗਿਆ, ਮਨ ਨੂੰ
ਸਰੀਰ ਵਿੱਚੋਂ ਦਰਦਾਂ ਹੀ ਖੰਭ ਲਾ ਕੇ ਉੱਡ ਗਈਆਂ। ਜਦੋਂ ਗਾੜਾ ਹਨੇਰਾ ਹੋਇਆ ਫਿਰ ਪੀੜਾਂ ਸ਼ੁਰੂ ਹੋ ਗਈਆਂ। ਕਹਿਣ ਲੱਗਾ, ਰੱਬ ਦੇ ਪਿਆਰਿਓ, ਜਿੰਨਾ ਚਿਰ ਤੁਹਾਡੇ ਦਰਸ਼ਨ ਹੁੰਦੇ ਸਨ ਮੇਰਾ ਮਨ ਵੀ ਸ਼ਾਂਤ ਹੋ ਗਿਆ, ਸਰੀਰ ਵੀ ਨਿਰੋਗ ਹੋ ਗਿਆ। ਕਿਰਪਾ ਕਰੋ, ਮੈਂ ਬੜਾ ਵੱਡਾ ਪਾਪੀ ਹਾਂ, ਬੜੇ ਪਾਪ ਕੀਤੇ, ਪਾਪ ਕਰਮ ਕਰਨੇ ਕਰਕੇ ਮੈਨੂੰ ਇਹ ਦੁੱਖ ਮਿਲਿਆ, ਪਰ ਮੈਨੂੰ ਬਖਸ਼ ਦੇ, ਮੇਰਾ ਕੋਹੜ ਦਾ ਰੋਗ ਕੱਟ ਦੇ। ਮਹਾਰਾਜ ਕਹਿੰਦੇ, ਭਾਈ ਮਰਦਾਨਾ ਰਬਾਬ ਵਜਾ। ਸਤਿਗੁਰੂ ਜੀ ਨੇ ਫਿਰ ਉੱਥੇ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੂੰ ਪੱਕਾ ਰੋਗੀ ਮਿਲ ਲਾਏ। ਧਨਾਸਰੀ ਰਾਗ ਦੇ ਸ਼ਬਦ ਦਾ ਕੀਰਤਨ ਕੀਤਾ। ਜਦੋਂ ਸ਼ਬਦ ਦਾ ਕੀਰਤਨ ਪੂਰਾ ਹੋਇਆ ਨਾ, ਉਹ ਕੋਹੜੀ ਉੱਠ ਕੇ ਸਾਧ ਸੰਗਤ ਆਪਣੀ ਜਗ੍ਹਾ ਤੋਂ ਲੰਮਾ ਪੈ ਕੇ ਸਤਿਗੁਰੂ ਜੀ ਨੂੰ ਉਸਨੇ ਡੰਡੌਤ ਕਰਕੇ ਮੱਥਾ ਟੇਕਿਆ। ਔਰ ਉਹਦੀ ਹਾਲਤ ਕਿਹੋ ਜਿਹੀ ਸੀ, ਉਹਦਾ ਸਰੀਰ ਬਾਰਾਂ ਬੰਨੀ ਦੇ ਸੋਨੇ ਵਰਗਾ ਬਣ ਚੁੱਕਾ ਸੀ। ਐਸੀ ਅੰਮ੍ਰਿਤ ਦ੍ਰਿਸ਼ਟੀ, ਐਸੀ ਬਾਣੀ ਦੇ ਕੀਰਤਨ ਦਾ ਪ੍ਰਤਾਪ, ਕਿ ਉਸ ਕੀਰਤਨ ਨੇ, ਬਾਣੀ ਦੇ ਕੀਰਤਨ ਨੇ ਸਰੀਰ ਦਾ ਸਾਰੇ ਰੋਗ ਕੱਟ ਦਿੱਤਾ, ਕੋਹੜੀ ਮੇਟ ਦਿੱਤਾ, ਔਰ ਉਹ ਤੰਦਰੁਸਤ ਹੋਇਆ। ਸੋ ਮਹਾਰਾਜ ਜੀ ਨੇ ਉਹ ਕੀਰਤਨ ਸਾਨੂੰ ਬਖਸ਼ਿਆ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ। ਇਹ ਗੁਰਸਿੱਖੋ, ਕਲਯੁਗ ਦੇ ਵਿੱਚ ਕੀਰਤਨ ਹੀ ਮੁੱਖ ਭਗਤੀ ਹੈ, ਸਭ ਤੋਂ ਵੱਡੀ। ਧਿਆਨ ਲਾ ਕੇ ਮਨ ਇਕਾਗਰ ਕਰਕੇ ਕੀਰਤਨ ਕਰਨਾ ਔਰ ਸੁਣਨਾ, ਇਹ ਸਭ ਤੋਂ ਸ਼੍ਰੋਮਣੀ ਭਗਤੀ। ਇਹ ਕੀਰਤਨ ਦੀ ਦਾਤ ਸੁਲਤਾਨਪੁਰ ਸਾਹਿਬ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਮਹਾਨ ਰਹਿਮਤ ਕਰਕੇ ਬਖਸ਼ਿਸ਼ ਕੀਤੀ। ਕੀਰਤਨ ਦੀ ਦਾਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ੀ, ਔਰ ਆਪ ਗੁਰਬਾਣੀ ਦਾ ਸੱਚੇ ਪਾਤਸ਼ਾਹ ਕੀਰਤਨ ਕਰਦੇ ਰਹੇ। ਸੋ ਸਾਧ ਸੰਗਤ ਜੀ, ਸਮਾਂ ਮੈਨੂੰ ਅੱਗੇ ਜਾਣ ਦੀ ਬਹੁਤੀ ਆਗਿਆ ਨਹੀਂ ਕਰਦਾ। ਸਤਿਗੁਰੂ ਜੀ ਦੀ ਯਾਦ ਵਿੱਚ ਆਪ ਜੁੜੇ ਹੋ। ਅਗਲੇ ਸਾਲ 2019 ਵਿੱਚ 12 ਨਵੰਬਰ ਨੂੰ ਮੇਰੇ ਸਤਿਗੁਰੂ ਜੀ ਦਾ 550 ਸਾਲਾ ਅਵਤਾਰ ਗੁਰਪੁਰਬ ਆ ਰਿਹਾ, ਔਰ ਇਸ ਅਵਤਾਰ ਗੁਰਪੁਰਬ ਦੇ ਮੁੱਖ ਸਮਾਗਮ ਸ੍ਰੀ ਸੁਲਤਾਨਪੁਰ ਸਾਹਿਬ ਸਮੁੱਚੇ ਸਿੱਖ ਪੰਥ ਖਾਲਸਾ ਪੰਥ ਵੱਲੋਂ ਹੋਣੇ ਹਨ, ਔਰ ਸਾਰੀਆਂ ਥਾਵਾਂ 'ਤੇ ਆਪਾਂ ਸਤਿਗੁਰੂ ਜੀ ਦੀ ਯਾਦ ਵਿੱਚ ਇਹ ਸਮਾਗਮ ਕਰਨਾ। ਜਿੰਨੇ ਵੱਡੇ ਪਰਉਪਕਾਰ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਡੇ ਉੱਤੇ ਹਨ, ਉਹਨਾਂ ਪਰਉਪਕਾਰਾਂ ਦਾ ਜੇ ਸਾਡੇ ਸਰੀਰ 'ਤੇ ਜਿੰਨੀਆਂ ਵੀ ਰੋਮ ਹੈ, ਇਹ ਸਾਰੀਆਂ ਜ਼ਬਾਨਾਂ ਬਣ ਕੇ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ, ਤਾਂ ਵੀ ਆਪਾਂ ਸੱਚੇ ਪਾਤਸ਼ਾਹ ਦਾ ਦੇਣ ਨਹੀਂ ਦੇ ਸਕਦੇ। ਐਡੀਆਂ ਐਡੀਆਂ ਮਹਾਨ ਰਹਿਮਤਾਂ, ਐਡੀਆਂ ਐਡੀਆਂ ਮਹਾਨ ਬਖਸ਼ਿਸ਼ਾਂ। ਸਾਧ ਸੰਗਤ ਜੀ, ਆਸਾ ਜੀ ਦੀ ਵਾਰ ਵਿੱਚ ਆਪਾਂ ਇਹ ਸਲੋਕ ਸੁਣਦੇ ਹਾਂ, ਬਲਹਾਰੀ ਗੁਰ ਆਪਣੇ ਦੇਹ ਵਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤਨ ਲਾਗੀ ਵਾਰ। ਇਸ ਲੋਕਾਈ ਦੀ ਜ਼ਿੰਦਗੀ ਪਸ਼ੂਆਂ ਵਰਗੀ ਸੀ, ਪਸ਼ੂਆਂ ਵਰਗੀ। ਪਸ਼ੂ ਨੂੰ ਜਿਵੇਂ ਬੰਦਾ ਖੁਰਲੀ ਉੱਤੇ ਬੰਨ ਦਿੰਦਾ, ਜੋ ਪਾ ਦਿੰਦਾ ਉਹ ਖਾ ਲੈਂਦਾ, ਜੋ ਪਿਆ ਦਿੰਦਾ ਪੀ ਲੈਂਦਾ, ਪਰ ਅਧੀਨ ਹੈ ਨਾ। ਇਸ ਲੋਕਾਈ ਦੇ ਲੋਕਾਂ ਦੀ ਹਾਲਤ ਇਸ ਤੋਂ ਵੀ ਬਦਤਰ ਸੀ, ਇਸ ਤੋਂ ਵੀ ਥੱਲੇ ਸੀ।
ਸਮੇਂ ਦੇ ਹਾਕਮ ਪਸ਼ੂਆਂ ਨਾਲੋਂ ਵੀ ਭੈੜਾ ਵਰਤਾਵ ਕਰਦੇ ਸਨ ਲੋਕਾਂ ਨਾਲ। ਪਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਲਿਹਾਰ ਜਾਈਏ, ਪਸ਼ੂਆਂ ਵਰਗੀ ਜ਼ਿੰਦਗੀ ਜਿਉਂ ਰਹਿਆਂ ਨੂੰ ਨਾ ਉਹਨਾਂ ਨੂੰ ਮਨੁੱਖਾਂ ਵਰਗਾ ਜੀਵਨ ਹੀ ਨਹੀਂ ਦਿੱਤਾ, ਬਲਕਿ ਸਾਨੂੰ ਦੇਵਤੇ ਬਣਾ ਦਿੱਤਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਲਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ। ਪਸ਼ੂਆਂ ਤੋਂ ਮਨੁੱਖ ਨਹੀਂ ਬਣਾਇਆ, ਬਲਕਿ ਮਨੁੱਖਾਂ ਤੋਂ ਸਾਨੂੰ ਦੇਵਤੇ ਬਣਾਇਆ। ਜਿਹੜਾ ਸਿੱਖ ਬਾਣੀ ਪੜ੍ਹਦਾ, ਅੰਮ੍ਰਿਤ ਛਕ ਕੇ ਰਹਿਤ ਰੱਖਦਾ, ਸਤ ਸੰਗਤ ਕਰਦਾ, ਸ਼ੁਭ ਗੁਣਾਂ ਦਾ ਧਾਰਨੀ ਹੈ ਗੁਰ ਸੰਗਤ ਦੀ, ਉਹ ਦੇਵਤਿਆਂ ਨਾਲੋਂ ਘੱਟ ਨਹੀਂ। ਦੇਵਤੇ ਤਾਂ ਵਿਚਾਰੇ ਮਾਤ ਲੋਕ ਦੇ ਵਿੱਚ ਮਨੁੱਖਾਂ ਤਨ ਲੈਣ ਵਾਸਤੇ ਤਰਸਦੇ ਆ ਕਿ ਸਾਨੂੰ ਮਨੁੱਖਾਂ ਦੇਹ ਮਿਲ ਜਾਏ। ਗੁਰਬਾਣੀ ਵਿੱਚ ਆ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮਹਾਰਾਜ ਕਹਿੰਦੇ ਆ, ਬੰਦੇ ਇਸ ਮਨੁੱਖਾ ਜਾਮੇ ਨੂੰ ਨਾ ਦੇਵਤੇ ਮੰਗਦੇ ਆ, ਤਰਸਦੇ ਆ ਕਿ ਰੱਬਾ ਹੇ ਵਾਹਿਗੁਰੂ ਪਰਮੇਸ਼ਰ ਸਾਨੂੰ ਮਨੁੱਖਾ ਜਾਮਾ ਦੇ ਦੇ, ਅਸੀਂ ਮਾਤ ਲੋਕ ਦੇ ਮਨੁੱਖਾ ਤਨ ਲੈ ਕੇ ਤੇਰੀ ਬੰਦਗੀ ਕਰਕੇ ਮੁਕਤ ਹੋ ਜਾਈਏ। ਪਰ ਉਹ ਦੇਹ ਉਹਨਾਂ ਨੂੰ ਨਹੀਂ ਮਿਲਦੀ, ਪਰ ਸਾਨੂੰ ਮਨੁੱਖਾ ਜੀਵਨ ਮਿਲਿਆ। ਪਸ਼ੂਆਂ ਵਰਗੀ ਜ਼ਿੰਦਗੀ ਜਿਉਂ ਰਹੇ ਸੀ ਅਸੀਂ, ਸਾਰਾ ਸੰਸਾਰ ਹੀ ਜਿਉਂ ਰਿਹਾ ਸੀ। ਪਸ਼ੂ ਪਰ ਅਧੀਨ ਹੈ, ਅਸੀਂ ਵੀ ਪਰ ਅਧੀਨ ਸਾਂ। ਹਾਕਮਾਂ ਦੀ ਗੁਲਾਮੀ ਸਾਡੇ ਗਲ ਪਈ ਹੋਈ ਸੀ, ਉਹ ਹਾਕਮਾਂ ਦੀ ਗੁਲਾਮੀ ਦੇ ਫੰਦੇ ਕੱਟੇ ਸੱਚੇ ਪਾਤਸ਼ਾਹ ਨੇ। ਮਨੁੱਖਾ ਜੀਵਨ ਦੀ ਦਾਤ ਦਿੱਤੀ, ਮਨੁੱਖ ਨਹੀਂ ਬਲਕਿ ਦੇਵਤੇ ਬਣਾ ਦਿੱਤਾ ਸਾਨੂੰ। ਤੇ ਜਿਨ੍ਹਾਂ ਨੇ ਅੱਡੀਆਂ ਵੱਡੀਆਂ ਸਾਡੇ ਉੱਤੇ ਬਖਸ਼ਿਸ਼ਾਂ ਕੀਤੀਆਂ, ਉਹ ਸਤਿਗੁਰੂ ਤੋਂ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾ ਦਿਨ ਵਿੱਚ ਕਹਿੰਦੇ ਸੈਂਕੜੇ ਲੱਖਾਂ ਹਜ਼ਾਰਾਂ ਮੇਰੀ ਸਾਨੂੰ ਬਲਿਹਾਰ ਕੁਰਬਾਨ ਜਾਣਾ ਚਾਹੀਦਾ, ਸ਼ੁਕਰਾਨਾ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਤੁਹਾਡਾ ਇਹ ਸ਼ੁਕਰਾਨਾ ਹੈ, ਕਿਰਪਾ ਹੈ, ਸਾਨੂੰ ਤੁਸੀਂ ਆਪਣੇ ਪਾਵਨ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਪੰਜਾਬ ਦੀ ਧਰਤੀ 'ਤੇ ਸਾਨੂੰ ਜਨਮ ਦਿੱਤਾ, ਫਿਰ ਗੁਰਸਿੱਖਾਂ ਦੇ ਘਰ ਜਨਮ ਦਿੱਤਾ, ਫਿਰ ਆਪਣੇ ਦਰ ਦੀ ਸੰਗਤ ਬਖਸ਼ੀ, ਅਤੇ ਜੇ ਸਾਧ ਸੰਧੀ ਇੰਨੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਕੇ ਅੰਮ੍ਰਿਤ ਨਾ ਛਕੀਏ, ਨਸ਼ਿਆਂ ਦਾ ਤਿਆਗ ਨਾ ਕਰੀਏ, ਕੇਸਾਂ ਨੂੰ ਕਟਾਉਣ ਵੱਲੋਂ ਸਾਤ ਸੂਰਤ ਨਾ ਰੱਖੀਏ, ਸਤ ਸੰਗਤ ਨਾ ਕਰੀਏ, ਬਾਣੀ ਨਾ ਪੜ੍ਹੀਏ, ਸਤ ਸੰਤੋਖ ਦਇਆ ਧਰਮ ਦੇਵੀ ਗੁਣਾਂ ਨੂੰ ਨਾ ਕਮਾਈਏ, ਫਿਰ ਸਾਡੇ ਨਾਲੋਂ ਵੱਡਾ ਅਭਾਗਾ ਮਨੁੱਖ ਨੂੰ ਕੋਈ ਹੋਰ ਹੋ ਸਕਦਾ। ਇਸ ਲਈ ਆਪਣੇ ਸਤਿਗੁਰੂ ਦਾ ਸਵਾਸ ਸਵਾਸ ਆਪਾਂ ਸ਼ੁਕਰ ਕਰੀਏ, ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਸਾਡੇ ਉੱਤੇ ਮਹਾਨ ਰਹਿਮਤਾਂ ਔਰ ਬਖਸ਼ਿਸ਼ਾਂ ਕੀਤੀਆਂ ਹਨ। ਸਤ ਸੰਗਤ ਜੀ, ਮੈਂ ਸਾਰੀ ਇਸ ਕਲੋਨੀ ਦੇ ਸਮੁੱਚੇ ਗੁਰਸਿੱਖਾਂ ਦਾ, ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਮਹਿਤਾ ਚੌਂਕ ਨਗਰ ਦੀ ਸਮੁੱਚੀ ਸੰਗਤ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ। ਇਸ ਤੋਂ ਇਲਾਵਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ, ਉਹ ਵੀ ਸੰਗਤ ਵਿੱਚ ਬੈਠੇ ਹੈ, ਭਾਈ ਨਰਿੰਦਰ ਸਿੰਘ ਜੀ, ਇਹਨਾਂ ਦੇ ਨਾਲ ਜਿੰਨੇ ਵੀ ਸਿੰਘ ਪ੍ਰੋਗਰਾਮ ਲਈ ਮੈਨੂੰ ਸੰਗਤ ਦੇ ਦਰਸ਼ਨ ਕਰਨ ਵਾਸਤੇ ਹੁਕਮ ਕਰਨ ਗਏ ਸਨ, ਮੈਂ ਉਹਨਾਂ ਦਾ ਵੀ ਸਾਰੇ ਰਾਗੀ ਜਥਿਆਂ ਦਾ, ਹੁਣ ਭਾਈ ਰਣਜੀਤ ਸਿੰਘ ਜੀ ਮਜੂਰੀ ਰਾਗੀ ਜਥਾ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ, ਉਹਨਾਂ ਨੇ ਵੀ ਕੀਰਤਨ ਕਰਨਾ, ਦੂਸਰੇ ਸਿੰਘਾਂ ਨੇ ਵੀ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾ ਚੁੱਕਾ ਖਿਮਾ ਕਰਨੀਆਂ ਗੁਰਸੰਗਤ ਜੀ, ਇਤਨੀ ਹਾਜ਼ਰੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ